ਕਮਲਜੀਤ ਸਿੰਘ ਬਣਵੈਤ ਦੀ ਕਹਾਣੀ ਹੈ ਬੇਬੇ ਤੁਮ ਭੁੱਲਦੀ ਨਹੀਂ ਬੇਬੇ ਨੂੰ ਗਿਆਨ 4 ਸਾਲ ਹੋ ਗਏ ਹਨ ਬੇਬੇ ਨਹੀਂ ਰਹੀ ਪਰ ਉਹਦੀਆਂ ਦੁੱਖ ਸੁੱਖ ਤੇ ਖੁਸ਼ੀ ਗਮੀ ਵੇਲੇ ਦੀਆਂ ਗੱਲਾਂ ਚੇਤੇ ਚੋਂ ਵਿਸਰਨੀਆਂ ਤੱਕੀ ਸਗੋਂ ਸਮਾਂ ਬੈਣ ਨਾਲ ਹੋਰ ਗੂੜੀਆਂ ਹੋ ਗਈਆਂ ਹਨ ਉਹਦੀ ਇੱਕ ਗੱਲ ਅੱਜਕੱਲ ਕੁਝ ਵਧੇਰੇ ਯਾਦ ਆ ਰਹੀ ਹੈ ਉਹ ਅਕਸਰ ਕਹਿ ਦਿੰਦੀ ਹੁੰਦੀ ਸੀ ਚੰਗਾ ਹੋਇਆ ਬੀਬੀ ਨੇ ਆਪਣੇ ਬੱਚੇ ਨਹੀਂ ਪੜਾਏ ਸਾਰੇ ਕੋਲ ਇੱਕੋ ਘਰ ਚ ਤਾਂ ਰਹਿੰਦੇ ਆ ਘਰੇ ਦਿਨ ਰਾਤ ਰੌਣਕਾਂ ਲੱਗੀਆਂ ਰਹਿੰਦੀਆਂ ਬਹੂਆਂ ਪੋਤੀਆਂ ਦੋਤਿਆਂ ਵਿੱਚ ਹਰ ਵੇਲੇ ਖੇਡਦੀ ਰਹਿੰਦੀ ਆ ਬੀਬੇ ਹਰਬੰਸ कौर ਆਪਣੀ ਵੱਡੀ ਭੈਣ ਗੁਰਬਚਨ कौर ਨੂੰ ਬੀਬੀ ਕਹਿੰਦੀ ਸੀ ਦੋਵੇਂ ਇੱਕੋ ਘਰ ਵਿਆਈਆਂ ਹੋਈਆਂ ਹਨ ਪੇਕਿਆਂ ਤੋਂ ਭੈਣਾਂ ਦੇ ਸਹੁਰੇ ਘਰ ਦਰਾਣੀ ਜਠਾਣੀ ਬੀਬੀ ਦੇ ਘਰ ਦੀ ਰੌਣਕ ਦੇਖ ਕੇ ਉਹਦੇ ਦਿਲ ਨੂੰ ਅੰਦਰੋਂ ਡੁੱਬੂ ਪੈਂਦਾ ਤੇ ਕਹਿ ਉੱਠਦੀ ਮੈਂ ਤਾਂ ਬੱਚਿਆਂ ਨੂੰ ਪੜਾ ਕੇ ਪਛਤਾ ਰਹੀ ਆਂ ਸਾਡੇ ਕੋਲ ਆਉਣ ਦਾ ਸਮਾਂ ਹੀ ਨਹੀਂ ਕਿਸੇ ਕੋਲ ਹਫਤੇ 'ਚ 6 ਦਿਨ ਸਰਕਾਰੀ ਡਿਊਟੀ ਤੇ ਚੱਲ ਸੋ ਚੱਲ ਇੱਕ ਛੁੱਟੀ ਆਉਂਦੀ ਐ ਤਾਂ ਬੁੱਢੇ ਮਾਂ-ਬਾਪ ਨੂੰ ਵੇਖਣ ਆਉਂਦੇ ਐ ਉਹ ਵੀ ਥੈਲਿਆਂ ਨਾਲ ਲੱਦੇ ਕਦੇ ਫਲ-ਫਰੂਟ ਕਦੇ ਕੱਪੜਾ ਲਈੜਾ ਸ਼ਹਿਰ ਜਾ ਕੇ ਮੁੱਲ ਲੈ ਫਲੈਟ ਦੀਆਂ ਕਿਸ਼ਤਾਂ ਤੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਅੱਡ ਉੱਪਰੋਂ ਸ਼ਹਿਰਨ ਵਾਟੀਆਂ ਦੇ ਨਖਰੇ ਵੱਖਰੇ ਨਹੀਂ ਮਾਣ ਉੰਜ ਬੇਬੇ ਖੁਸ਼ ਸੀ ਕਿ ਬੱਚੇ ਆਪੋ ਆਪਣੇ ਘਰੀ ਵਾਸਤੇ ਰਸਤੇ ਹਾਂ ਪਰ ਘਰ ਦੇ ਦਲਾਨ ਚ ਸਨ ਨਾਟਾ ਬੇਬੇ ਦਾ ਅੰਦਰ ਵੱਢਣੋਂ ਨਾ ਹਟਦਾ ਉਦੋਂ ਤਾਂ ਉਹਦੇ ਕਾਲ ਜੀ ਚੰਦਰੋਂ ਧੂ ਪੈਂਦੀ ਜਦੋਂ ਲੋਡੇ ਵੇਲੇ ਘਰ ਦੇ ਫਾਟਕ ਦੇ ਥੱਲੇ ਤੋਂ ਗੋਰ ਵਿੱਚ ਦੀ ਲੰਗਦੀਆਂ ਪਿੰਡ ਦੀਆਂ ਨੂਹਾਂ ਧੀਆਂ ਤੇ ਬੱਚਿਆਂ ਦੇ ਪੈਰਾਂ ਦੀ ਬਿੜਕ ਕੰਨੀ ਪੈਂਦੀ ਬੇਬੇ ਤੇ ਭਾਈਆ ਜੀ ਨੂੰ ਬੱਚਿਆਂ ਨੂੰ ਪੜਾ ਲਿਖਾ ਕੇ ਅਫਸਰ ਬਣਾਉਣ ਦਾ ਚਾਹ ਸੀ ਭਾਈਆ ਜੀ ਸੋਚਦੇ ਸੀ ਵੀ ਸਾਰੇ ਬੱਚੇ ਚਾਰ ਸਿਆੜਾਂ ਚ ਹਾੜ ਦੀ ਧੁੱਪ ਵਿੱਚ ਮਿੱਟੀ ਨਾਲ ਮਿੱਟੀ ਹੁੰਦੇ ਰਿਹਾ ਕਰਨਗੇ ਇਤੋ ਚੰਗੇ ਪੜ੍ਹ ਲਿਖ ਕੇ ਅਫਸਰ ਲੱਗ ਜਾਣ ਤੇ ਆਰਾਮ ਦੀ ਜ਼ਿੰਦਗੀ ਜਿਉਣ ਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਸੀਂ 6 ਦੇ 6 ਭਰਾ ਸ਼ਹਿਰਾਂ 'ਚ ਖਿੰਡਰ ਗਏ ਵਧੀਆ ਨੌਕਰੀ ਲੱਗ ਗਈ ਬੇਬੇ ਭਾਈਆ ਜੀ ਦੋਵੇਂ ਅੰਦਰੋਂ ਖੁਸ਼ ਸਨ ਪਰ ਪੁੱਤਾਂ ਤੋਂ ਦੂਰ ਰਹਿਣ ਦਾ ਹੀਰਵਾ ਢਲਦੀ ਉਮਰੇ ਹੋਰ ਵੱਧ ਗਿਆ ਬੱਚੇ ਨੌਕਰੀ ਛੱਡ ਕੇ ਪਿੰਡ ਨਹੀਂ ਸੀ ਵੱਸ ਸਕਦੇ ਤੇ ਬਜ਼ੁਰਗਾਂ ਨੂੰ ਜਦ ਕਦੇ ਪੁੱਤਾਂ ਕੋਲ ਰਹਿਣਾ ਪੈਂਦਾ ਤਾਂ ਸ਼ਹਿਰ ਦੀਆਂ ਕੋਠੀਆਂ ਦੇ ਬੰਦ ਬੂਏ ਵੱਡ ਵੱਡ ਖਾਂਦੇ ਮਾਪੇ ਨੂੰ ਬੱਚਿਆਂ ਦੇ ਪੈਸੇ ਦੀ ਲੋੜ ਤਾਂ ਨਹੀਂ ਹੁੰਦੀ ਬਸ ਐਵੇਂ ਕਮਾਈ ਦਾ ਚਾਹ ਹੁੰਦਾ ਹੈ ਬੇਬੇ ਨੂੰ ਹੌਸਲਾ ਸੀ ਕਿ ਮੁੰਡੇ ਹਫ਼ਤੇ ਤੋਂ ਵੱਧ ਦਾ ਨਾਗਾ ਨਹੀਂ ਪੈਣ ਦਿੰਦੇ ਤੇ ਆਉਂਦੇ ਗੇੜੇ ਹੱਥ ਤੇ ਨੋਟ ਧਰ ਜਾਂਦੇ ਆ ਬੱਚਿਆਂ ਨੇ ਸ਼ਹਿਰ ਜਾ ਕੇ ਚੰਗੀਆਂ ਵਰਕ ਤਾਂ ਪਾਈਆਂ ਤੇ ਹੁਣ ਅਗਲੀ ਪੀੜ੍ਹੀ ਵੀ ਚੰਗੇ ਥਾਂ ਟਿਕਾਣਿਆਂ ਤੇ ਪੁੱਜ ਗਈ ਹੈ ਮੈਂ ਪਿੱਛੇ ਜਈ ਨੌਕਰੀ ਤੋਂ ਸੇਵਾਮੁਕਤ ਹੋਇਆ ਪਰ ਪੈਨਸ਼ਨ ਨਹੀਂ ਲੱਗੀ ਹੁਣ ਮੈਂ ਵਿਹਲਾ بیوی ਸਰਕਾਰੀ ਵਿਭਾਗ ਚ ਗਸਟਡ ਅਫੀਸਰ ਹੈ ਪਰ ਜਿਸ ਤਰ੍ਹਾਂ ਦਾ ਰਹਿਣ ਸਹਿਣ ਰੱਖਿਆ ਉਹ ਇੱਕ ਤਨਖਾਹ ਨਾਲ ਪੂਰਾ ਨਹੀਂ ਹੁੰਦਾ ਮੇਰੇ ਰਿਟਾਇਰ ਹੋਣ ਤੋਂ ਪਹਿਲਾਂ ਪੁੱਤਰ ਨੂੰ ਦਿੱਲੀ ਇੱਕ ਵੱਡੀ ਕੰਪਨੀ 'ਚ ਨੌਕਰੀ ਮਿਲ ਗਈ ਸੀ ਉਹ ਖੁਸ਼ ਹੈ ਵਧੀਆ ਖਾਂਦਾ ਕਮਾਉਂਦਾ ਤੇ ਪਹਿਨਦਾ ਪੱਛਰਦਾ ਮਹੀਨੇ ਪਿੱਛੋਂ ਘਰ ਚੱਕਰ ਮਾਰ ਲੈਂਦਾ ਹੈ ਚਾਰ ਪੰਜ ਛੁੱਟੀਆਂ ਰਲ ਜਾਣ ਤਾਂ ਪਹਾੜਾਂ ਨੂੰ ਨਿਕਲਣ ਦਾ ਪ੍ਰੋਗਰਾਮ ਹੁੰਦਾ ਹੈ ਗਰਮੀ ਦੀਆਂ ਛੁੱਟੀਆਂ ਚੋਣੇ ਨੇਪਾਲ ਜਾਣ ਦਾ ਲੰਮਾ ਟੂਰ ਬਣਾ ਲਿਆ ਸੀ ਉਂਝ ਵੀ ਸਾਡੇ ਕੋਲ ਚੰਡੀਗੜ੍ਹ ਆਏ ਨੂੰ ਸਕੂਲ ਕਾਲਜ ਦੇ ਬੇਲੀਆਂ ਨਾਲ ਬਣਾਏ ਪ੍ਰੋਗਰਾਮ ਨਹੀਂ ਮੁੱਕਦੇ ਨੌਕਰੀ ਉਹ ਦਿੱਲੀ ਕਰਦਾ ਪਰ ਅੱਜ ਕੱਲ ਉਹ ਸਾਡੇ ਕੋਲ ਚੰਡੀਗੜ੍ਹ ਆਇਆ ਹੋਇਆ ਹੈ ਮੈਂ ਉਸ ਨਾਲ ਗੱਲ ਛੇੜਦਾ ਕਿ ਮੇਰੀ ਸੇਵਾ ਮੁਕਤੀ ਪਿੱਛੋਂ ਤੇਰੀ ਮਾਂ ਦੀ ਤਨਖਾਹ ਨਾਲ ਘਰ ਦਾ ਗੁਜ਼ਾਰਾ ਮਸਾਂ ਤੁਰ ਰਿਹਾ ਹੈ ਇਸ ਵਾਰ ਆਪਾਂ ਨੂੰ ਖਰਚਿਆਂ ਤੇ ਕੱਟ ਲਾਉਣਾ ਪੈਣਾ ਹੈ ਕੋਲ ਬੈਠੀ ਉਹਦੀ ਮਾਂ ਕਹਿੰਦੀ ਹੈ ਪੁੱਤਰ ਆਪਣੀ ਤਨਖਾਹ ਚੋਂ ਪਾਪਾ ਦੇ ਹੱਥ ਤੇ 15-20 ਹਜ਼ਾਰ ਰੱਖ ਦਿਆ ਕਰ ਮੈਨੂੰ ਵੀ ਪੈਨਸ਼ਨ ਨਹੀਂ ਲੱਗਣੀ ਅਸੀਂ ਤਾਂ ਹੁਣ ਤੋਂ ਜਮਾ ਪੂੰਜੀ ਖਾਣ ਨੂੰ ਆ ਗਏ ਹਾਂ ਤੇਰੇ ਵਿਆਹ ਦਾ ਖਰਚਾ ਅੱਡ ਖੜਾ ਤੂੰ ਵੀ ਕਿਹੜਾ ਆਪਣੇ ਵਿਆਹ ਦੇ ਖਰਚੇ ਲਈ ਕੋਈ ਸਰਫਾ ਕਰਦਾ ਹੈ ਜਾਂ ਕੋਈ ਕੌਡੀ ਜੋੜਦਾ ਹੋਣਾ ਤੇਰੇ ਪਿਓ ਦੇ ਸਾਰੇ ਭਰਾਵਾਂ ਨੇ ਪੜ ਪੜਾ ਲਿਖਾ ਕੇ ਆਪਣੀ ਕਮਾਈ ਨਾਲ ਵਿਆਹ ਕਰਾਇਆ ਸੀ ਧੀ ਦੇ ਦਿਨ ਤਿਉਹਾਰ ਦਾ ਖਰਚਾ ਕਰਨ ਨੂੰ ਅਜੇ ਵੱਖਰਾ ਪਿਆ ਨਾਲੇ ਸਾਡੇ ਲਈ ਵੀ ਸਮਾਂ ਰੱਖ ਲਿਆ ਕਰ ਪੁੱਤਰ ਜਿਵੇਂ ਫੇਸੀ ਪਿਆ ਜੇ ਪੈਸੇ ਦੀ ਲੋੜ ਸੀ ਤਾਂ ਨਾ ਪੜਾਉਂਦੇ ਨਹੀਂ ਭੇਜਣਾ ਸੀ ਦਿੱਲੀ ਛੋਟਾ ਮੋਟਾ ਕੰਮ ਸਿਖਾ ਕੇ ਰੱਖ ਲੰਦੇ ਕੋਲ ਨਾਲੇ ਮੈਂ ਕਦ ਮਨਾ ਕੀਤਾ ਪੈਸੇ ਦੀ ਲੋੜ ਹੁੰਦੀ ਆ ਤਾਂ ਮੰਗ ਲਿਆ ਕਰੋ ਪਰ ਇਹ ਬੈਠੇ ਨੂੰ ਮੈਨੂੰ ਆਪਣਾ ਆਪ ਸੁਣ ਹੁੰਦਾ ਲੱਗਿਆ ਮੇਰੇ ਬੁੱਲਾਂ ਤੇ ਇੱਕਦਮ ਬੇਬੇ ਦਾ ਹੇਰਵਾ ਆ ਗਿਆ ਮੈਂ ਤਾਂ ਬੱਚਿਆਂ ਨੂੰ ਪੜਾ ਲਿਖਾ ਕੇ ਪਛਤਾਈ ਮੈਂ ਸੋਚ ਰਿਹਾ ਸੀ ਇਹਨਾਂ ਨੇ ਬੁੱਢੇਪੇ ਦੀ ਢੋਈ ਤਾਂ ਕੀ ਬਣਨਾ ਇਹ ਤਾਂ ਸੁੱਖ ਦੁੱਖ ਦੇ ਸਾਥੀ ਵੀ ਨਹੀਂ ਨਿਕਲਨੇ ਫੇਰ ਵੀ ਮਾਂ ਦੇ ਮੂੰਹੋਂ ਨਿਕਲ ਗਿਆ ਪੁੱਤ ਰਾਜੀ ਖੁਸ਼ੀ ਰਹੋ ਅਸੀਂ ਗੁਜ਼ਾਰਾ ਕਰ ਲਾਂਗੇ ਤੂੰ ਔਖਾ ਨਾ ਹੋਈ ਬੇਬੇ ਤੇ ਪਤਨੀ ਦੀ ਆਵਾਜ਼ 'ਚ ਫਰਕ ਸੀ ਪਰ ਪੁੱਤ ਨੂੰ ਦਿੱਤੀ ਅਸੀਸ ਬਿਲਕੁਲ ਇੱਕੋ ਸੀ ਅਗਲੀ ਕਹਾਣੀ ਹੈ ਮਾਂ ਮੈਂ ਮਾਂ ਬਣਨੀ ਜੰਮੀ ਉਹ ਵੱਡੇ ਘਰ ਸੀ ਜ਼ਗੀਰਦਾਰਾਂ ਦੇ ਨੇੜੇ ਬਾਪ ਉਹਦੇ ਦੀ ਚੰਡੀਗੜ੍ਹ ਨੇੜੇ ਪੈਂਦੀ ਇੱਕ ਕਸਬੇ 'ਚ ਹਵੇਲੀ ਸੀ 4 ਏਕੜਾਂ ਦੀ ਜ਼ਗੀਰਦਾਰੀ ਦੇ ਨਾਲ-ਨਾਲ ਵੱਡੀ ਹਵੇਲੀ ਕਰਕੇ ਉਹਦੇ ਬਾਪ ਦਾ ਨਾਮ ਵੱਜਣ ਲੱਗ ਪਿਆ ਸੀ ਵੱਡੇ-ਵੱਡੇ ਰੀ ਦੱਸਦੇ ਹੁੰਦੇ ਸੀ ਕਿ ਦੋ ਮੁੰਡਿਆਂ ਦੇ ਪਿੱਛੋਂ ਜਦੋਂ ਉਹ ਜੰਮੀ ਸੀ ਤਾਂ ਉਹਦੇ ਬਾਪ ਨੇ ਘਰੇ ਕੜਾਹਾ ਚਾੜ ਕੇ 18 ਕੋਹ ਤੱਕ ਲੱਡੂਆਂ ਦੇ ਡੱਬੇ ਭੰਡੇ ਸੀ। ਜ਼ਗੀਰਦਾਰ ਦੀ ਖੁੱਲ੍ਹਦਿਲੀ ਤੇ ਇੰਨੀ ਚਰਚਾ ਹੋਈ ਕਿ ਵਾਵਾ ਦਾ ਇੱਕ ਤਰ੍ਹਾਂ ਨਾਲ ਪਿੰਡ 'ਚ ਸਪੀਕਰ ਵੱਜ ਗਿਆ ਸੀ। ਘਰ 'ਚ ਜਿੰਨੇ ਜੀ ਸਨ, ਨੌਕਰਾਂ ਦੀ ਗਿਣਤੀ ਉਹ ਤੋਂ ਵੀ ਵੱਧ ਸੀ। ਸਰਦਾਰਨੀ ਦੀ ਮਾਲਿਸ਼ ਕਰਨ ਵਾਲੀ ਮਿੰਦੋ ਦੀ ਪੱਕੀ ਡਿਊਟੀ ਸੀ ਕਿ ਬੇਟੀ ਨਿਰਦੋਸ਼ ਦੇ ਪੈਰ ਨੂੰ ਮਿੱਟੀ ਨਹੀਂ ਲੱਗਣ ਦੇਣੀ। ਦੋਹਾਂ ਮੁੰਡਿਆਂ ਲਈ ਵੱਖਰੇ ਨੌਕਰ ਜਗੀਰਦਾਰ ਦੇ ਆਲੇ ਦੁਆਲੇ ਤਾਂ ਲੈਣ ਦੇਣ ਵਾਲਿਆਂ ਦੀ ਜੰਜੀਰ ਤਾਂ ਹੀ ਰਹਿੰਦੀ ਜਗੀਰਦਾਰਨੀ ਦੇ ਗੜਕੇ ਨੇ ਸਰਦਾਰ ਦੀਆਂ ਮੁੱਛਾਂ ਹੋਰ ਤਣ ਦਿੱਤੀਆਂ देर ਰਾਤ ਤੱਕ ਵੱਡੀ ਹਵੇਲੀ ਚੌਂ ਮ ਜਾਣ ਵਾਲਿਆਂ ਦਾ ਤਾਂ ਤਾਂ ਲੱਗਿਆ ਰਹਿੰਦਾ ਇੱਕ ਦਿਨ ਗੁਰਦੁਆਰੇ ਚ ਪਾਈ ਦੇ ਬੋਲਣ ਤੋਂ ਪਹਿਲਾਂ ਹੀ ਗਲੀ ਮਹੱਲੇ ਦੀ ਨੀਂਦ ਜਗੀਰਦਾਰਨੀ ਦੀ ਚੀਕ ਸੁਣ ਕੇ ਖੁੱਲੀ ਉਦੋਂ ਤੱਕ ਸਾਰੇ ਕਹਿਣ ਜ਼ਗੀਰਦਾਰ ਸੁੱਤਾ ਰਹਿ ਗਿਆ ਪਰ ਅੱਜਕੱਲ ਨਿਰਦੋਸ਼ ਦੱਸਦੀ ਐ ਕਿ ਉਹਦੇ ਬਾਪ ਨੂੰ ਦਿਲ ਦੇ ਦੌਰੇ ਨੇ ਸੁੱਟ ਲਿਆ ਸੀ ਜ਼ਗੀਰਦਾਰ ਕੀ ਗਿਆ ਘਰ ਚੋਂ ਜ਼ਗੀਰਦਾਰੀ ਜਾਂਦੀ ਰਹੀ ਅੱਜ ਵੀ ਹਵੇਲੀ 'ਚ ਜ਼ਗੀਰਦਾਰ ਦੇ ਦੋ ਬੇਟੇ ਆਪਣੇ ਬੱਚਿਆਂ ਨਾਲ ਰਹਿੰਦੇ ਐ ਨਹੀਂ ਹਨ ਤਾਂ ਜ਼ਗੀਰਦਾਰ ਕਰਨੈਲ ਸਿੰਘ ਤੇ ਜ਼ਗੀਰਦਾਰਨੀ ਬਚਿੰਤ ਕੌਰ ਦੋਹਾਂ ਦੇ ਤੁਰ ਜਾਣ ਤੋਂ ਪਿੱਛੋਂ ਹਵੇਲੀ 'ਚ ਨੌਕਰਾਂ ਚਾਕਰਾਂ ਦੀ ਰੌਣਕ ਵੀ ਹੌਲੀ-ਹੌਲੀ ਗਾਇਬ ਹੁੰਦੀ ਗਈ ਕਹਿੰਦੇ ਆ ਕਿ ਬਜੀਤ ਬਚਨਦਕੌਰਤਾ ਜ਼ਗੀਰਦਾਰ ਦੇ ਹੀਰਵੇ ਨਾਲ ਸਾਲਚੀ ਤੁਰ ਗਈ ਸੀ ਘਰ ਚਾਇਆਂ ਬਹੂਆਂ ਜੋ ਵੱਡੇ ਨੇ ਤਾਂ ਘਰ ਵਾਲੇ ਤੇ ਨਕੇਲ ਪਾ ਲਈ ਛੋਟੀ ਵੱਡੀ ਅੜਬ ਨਿਕਲੀ ਛੋਟਾ ਮੁੰਡਾ ਵੀ ਦੋਰੱਤੀ ਉੱਪਰਲਾ ਵੱਟਾ ਨਿਕਲਿਆ ਸਿਆਣੇ ਕਹਿੰਦੇ ਆ ਹੋਰ ਨਾ ਪਾਓ ਤਾਂ ਖੂਬੀ ਖਾਲੀ ਹੋ ਜਾਂਦੇ ਐ ਜ਼ਗੀਰਦਾਰਾਂ ਦੇ ਪਰਿਵਾਰ ਨਾਲ ਵੀ ਐਂ ਹੀ ਹੋਈ ਵੇਲੜ ਮੁੰਡਿਆਂ ਨੇ ਦਿਨਾਂ 'ਚ ਹੀ ਸਭ ਕੁਝ ਗਵਾ ਦਿੱਤਾ ਬਾਕੀ ਦਾ ਜ਼ਗੀਰਦਾਰ ਦੇ ਆਲੇ ਦੁਆਲੇ ਵਾਲੇ ਛੱਕ ਗਏ ਹੁਣ ਭਰਾਵਾਂ ਦੇ ਵੀ ਆਪਸ ਵਿੱਚ ਮੂਹ ਵੰਗੇ ਰਹਿਣ ਲੱਗੇ ਤਾਂ ਦੋਹਾਂ ਚੋਂ ਕਿਸੇ ਨੇ ਵੀ ਭੈਣ ਦੀ ਜ਼ਿੰਮੇਵਾਰੀ ਨਾ ਲਈ ਉਹ ਕੋਠੇ ਜਿੱਡੀ ਹੋ ਗਏ ਵੀ ਬਾਪ ਦੇ ਵੇੜੇ ਬੈਠੀ ਰਹਿ ਗਈ ਹੌਲੀ ਹੌਲੀ ਛੋਟੀ ਛੋਟੇ ਤੇ ਉਹਦੀ ਘਰ ਵਾਲੀ ਵੀ țeੜਫਿੜ ਚਾਰਦੁਵਾਰੀ ਤੋਂ ਬਾਹਰ ਨਿਕਲ ਗਈ ਇੱਕ ਦਿਨ ਉਹਦਾ ਬਾਪ ਅੱਕ ਕੇ ਧੀ ਨੂੰ ਇਹ ਕਹਿ ਕੇ ਲੈ ਆਪਣੇ ਵੇੜੇ ਗਿਆ ਕਿ ਅਸੀਂ ਤਾਂ ਭਾਈ ਵੱਡੇ ਜ਼ਗੀਰਦਾਰ ਸਮਝ ਕੇ ਕੁੜੀ ਦਿੱਤੀ ਸੀ ਇੱਥੇ ਭੁੱਖ ਨੰਗ ਨਾਲ ਟੱਕਰਾ ਮਾਰਨ ਨੂੰ ਨਹੀਂ ਛੋਟੇ ਦੇ ਇੱਕ ਬੇਟਾ ਸੀ ਤੇ ਦੂਜੀ ਬੇਟੀ ਜਿਹਨੂੰ ਉਹਨਾ ਉੱਥੇ ਹੀ ਛੱਡ ਦਿੱਤਾ। ਸਦਕੇ ਜਾਈਏ ਜ਼ਗੀਰਦਾਰ ਦੀ ਧੀ ਦੇ ਜਿਨੇ ਮਾਂ ਦੇ ਪੇਕੇ ਤੁਰ ਜਾਣ ਤੋਂ ਬਾਅਦ ਦੋਵੇਂ ਬੱਚੇ ਆਪਣੀ ਛਾਤੀ ਨਾਲ ਲਾ ਲਏ। ਭਰਾ ਨੂੰ ਸਿਰ ਰੱਖਣ ਲਈ ਆਪਣਾ ਮੋਢਾ ਵੀ ਦਿੱਤਾ। ਜ਼ਗੀਰਦਾਰ ਦੀ નિર્ਦੋਸ਼ ਹੁਣ 45 ਦੀ ਹੋ ਚੁੱਕੀ ਹੈ। ਨਾ ਤਾਂ ਪੇਕਿਆਂ ਤੋਂ ਛੋਟੇ ਦੀ ਬਹੂ ਮੁੜੀ ਤੇ ਨਾ ਹੀ ਪਿਓ ਦੀ ਧੀ નિર્ਦੋਸ਼ ਨੇ ਨਿਆਣਿਆਂ ਨੂੰ ਪਾਲਣ ਲੱਗਣ ਦਿੱਤੀ। નિર્ਦੋਸ਼ ਵਿੱਚ ਜ਼ਗੀਰਦਾਰ ਵਾਲਾ ਲਹੂ ਟੜਕਦਾ। ਉਹਨੇ ਦੋਵੇਂ ਬੱਚੇ ਪ੍ਰਾਪਰਟੀ ਤੇ ਬੁਟੀਕ ਦਾ ਕਾਰੋਬਾਰ ਕਰਕੇ ਪੜਾਏ ਲਿਖਾਈ ਨਹੀਂ ਸਗੋ ਸੱਚੀ ਮੁੱਚੀ ਜ਼ਗੀਰਦਾਰਾਂ ਦੇ ਪੋਤੇ-ਪੋਤੀ ਦੀ ਤਰ੍ਹਾਂ ਪਾਲੇ ਭਰਾ ਦਾ ਹਿੱਸਾ ਵੀ ਕਦੇ ਖਾਲੀ ਨਾ ਹੋਣ ਦਿੱਤਾ ਹਾਂ ਜਦੋਂ ਬੱਚੇ ਆਪਣੇ ਪੈਰਾਂ 'ਤੇ ਖੜੇ ਹੋ ਕੇ ਵਿਦੇਸ਼ ਉਡਾਰੀ ਭਰ ਗਏ ਤਾਂ ਖਾਲੀ ਜ਼ਰੂਰ ਲੱਗਣ ਲੱਗ ਪਿਆ ਉਹ ਬੱਚਿਆਂ ਤੋਂ ਵੱਧ ਕੇ ਤੇ ਬੱਚੇ ਉਸ ਤੋਂ ਵੱਧ ਕੇ ਇੱਕ ਦੂਜੇ ਦੀ ਜਾਨ 'ਚ ਜਾਨ ਹਨ ਪਰ ਜਦੋਂ ਬੱਚੇ ਉਸ ਤੋਂ ਇਸ ਸਵਾਲ ਦਾ ਜਵਾਬ ਲੱਭਦੇ ਆ ਕਿ ਵਿਦੇਸ਼ ਜਾ ਕੇ ਭੂਆ ਨੂੰ ਕਿਹੜਾ ਰਿਸ਼ਤਾ ਕਹਿ ਕੇ ਉਧਰ ਬੁਲਾਵਾਂਗੇ ਤਾਂ ਉਹਦਾ ਕਾਲਜ ਅੰਦਰ ਤੋਂ ਧੂਇਆ ਜਾਂਦਾ ਪਰ ਬੱਚਿਆਂ ਦਾ ਮੋਹੀ ਹੈ ਜਿਹੜਾ ਉਹਨੂੰ ਟੁੱਟਣ ਤੋਂ ਬਚਾਈ ਰੱਖ ਰਿਹਾ ਬੱਚਿਆਂ ਨੂੰ ਪੜਾਉਣ ਲਈ ਨਿਰਦੋਸ਼ ਮੁਹਾਲੀ ਆ ਕੇ ਰਹਿਣ ਲੱਗ ਪਈ ਉਹਦੇ ਬੁਟੀਕ ਦੇ ਕਾਰੋਬਾਰ ਦੀਆਂ ਇੱਥੇ ਧੰਮਾ ਦਾ ਸਾਨੀ ਬਾਹਰਲੇ ਆਰਡਰ ਵੀ ਨਹੀਂ ਸੀ ਮੁੱਕਦੇ ਘਰ ਜਿਹੜਾ ਉਹਨੇ ਕਿਰਾਏ ਤੇ ਲਿਆ ਸੀ ਉਹਦਾ ਮਾਲਕ ਤੇ ਮਾਲਕਣ ਆਪਣੀ ਸਕੀਤੀ ਦੀ ਤਰ੍ਹਾਂ ਮੋਹ ਕਰਨ ਲੱਗ ਪਏ ਸਨ ਮਕਾਨ ਮਾਲਕ ਦਾ ਬੇਟਾ ਉਹਨੂੰ ਦੀਦੀ ਕਹਿ ਕੇ ਬੁਲਾਉਂਦਾ ਸੀ ਹੌਲੀ-ਹੌਲੀ ਨਿਰਦੋਸ਼ ਨੇ ਮਾਪੇ ਬਣੇ ਮਕਾਨ ਮਾਲਕਨ ਤੇ ਮਾਲਕ ਕੋਲ ਢਿੱਡ ਫਰੋਲਣਾ ਸ਼ੁਰੂ ਕਰਤਾ ਤੇ ਜਦੋਂ ਨਿਰਦੋਸ਼ ਦੇ ਭਤੀਜੇ ਤੇ ਭਤੀਜੀ ਦਾ ਵਿਦੇਸ਼ ਜਾਣ ਦਾ ਵੀਜ਼ਾ ਲਾ ਕੇ ਆਇਆ ਤਾਂ ਪਹਿਲਾਂ ਖੁਸ਼ੀ ਚ ਨੱਚ ਉੱਠੀ ਫਿਰ ਜਿਵੇਂ ਅੱਖਾਂ ਚ ਰੋ ਰੋ ਹੰਝੂ ਮੁੱਕ ਗਏ ਹੋਣ ਗੱਲ ਉਸੇ ਦਿਨ ਰਹਿਰਾਸ ਦੇ ਵੇਲੇ ਦੀ ਹੈ ਮਕਾਨ ਮਾਲਕਨ ਨੇ ਨਿਰਦੋਸ਼ ਦਾ ਸੱਜਾ ਹੱਥ ਆਪਣੇ ਹੱਥਾਂ ਵਿੱਚ ਘੁੱਟ ਕੇ ਸੱਜੀ ਗੱਲ ਨਾਲ ਲਾਉਂਦਿਆਂ ਕਿਆ ਕਿ ਉਹ ਆਈਵੀਐਫ ਰਾਹੀਂ ਬੱਚਾ ਪੈਦਾ ਕਰ ਲਵੇ ਤੂੰ ਮਗਰਲੀ ਜ਼ਿੰਦਗੀ ਕਿਦੇ ਸਹਾਰੇ ਕੱਟਣੀ ਐ નિર્ਦੋਸ਼ ਦੇ ਦਿਲ ਨੂੰ ਗੱਲ ਲੱਗ ਗਈ ਭਤੀਜੀ ਤੇ ਭਤੀਜੇ ਦੇ ਕੈਨੇਡਾ ਲਈ ਜਹਾਜ਼ ਚੜਨ ਤੋਂ ਬਾਅਦ ਉਹ ਇੱਕ ਦਿਨ ਹਸਪਤਾਲ ਗਈ ਹਸਪਤਾਲ ਦੇ ਡਾਕਟਰ ਨਾਲ ਗੱਲ ਪਹਿਲਾਂ ਹੀ ਮੇਲ ਰੱਖੀ ਸੀ ਅੱਜ નિર્ਦੋਸ਼ ਇੱਕ ਬਾਲੜੀ ਦੀ ਮਾਂ ਹੈ ਮੇਰੀ ਪਤਨੀ ਉਹਦੀ ਬੁਟੀਕ ਦੀ ਗਾਹਕ ਹੈ ਪਰ ਦੋਹਾਂ ਦਾ ਪਿਆਰ ਭੈਣਾਵਾਲਾ ਹੈ ਅਸੀਂ ਬੱਚੇ ਨੂੰ ਦੇਖਣ ਗਏ ਤਾਂ નિર્ਦੋਸ਼ ਦੀਆਂ ਅੱਖਾਂ ਵਿੱਚਲੀ ਚਮਕ ਝੱਲੀ ਨਹੀਂ ਸੀ ਜਾਂਦੀ ਕਹਿ ਰਹੀ ਸੀ ਮੇਰੀ ਵੱਡੀ ਭਾਬੀ ਕਿਹਾ ਕਰਦੀ ਸੀ ਕਿ ਪੰਘੂੜੇ ਦੇ ਵਿੱਚੋਂ ਬੱਚਾ ਲੈ ਆ ਛੋਟੀ ਕਹੇ ਤੂੰ ਮੇਰੇ ਦੋਹਾਂ ਚੋਂ ਇੱਕ ਅਡੌਪਟ ਕਰ ਲੈ ਪਰ ਮੈਂ ਕਹਿੰਨੀ ਆ ਕਿ ਮਾਂ ਬਣਨ ਦਾ ਜੋ ਅਹਿਸਾਸ ਬੱਚਾ ਜੰਮਣ ਦਾ ਉਹਦੀ ਕੋਈ ਰੀਸ ਨਹੀਂ ਇਸ ਤੋਂ ਪਹਿਲਾਂ ਕਿ ਮੇਰੀ ਪਤਨੀ ਕੋਈ ਹੋਰ ਸਵਾਲ ਕਰਦੀ ਉਹਨੇ ਇਹ ਕਹਿ ਕੇ ਚੁੱਪ ਕਰਾਤਾ ਖਸਮਾਨੂ ਖਾਨ ਸਭ ਮੈਂ ਤਾਂ ਮਾਂ ਬਣ ਗਈ ਲੱਗਦਾ ਮਾਂ ਨੇ ਉੱਪਰ ਬੈਠੀ ਨੇ ਵੀ ਜ਼ਰੂਰ ਸੁਣ ਲਿਆ ਹੋਣਾ। ਉਦੋਂ ਤੁਰੰਦਰ ਤੋਂ ਉਦਾਸ ਹੋ ਗਈ। ਇਹ ਚੇਤੇ ਆਉਂਦਿਆਂ ਕਿ ਮਾਂ ਉਹਨੂੰ ਕਿੰਨੀ ਵਾਰ ਕਿਹਾ ਕਰਦੀ ਸੀ ਤੇ ਜਿਪ ਤਿਜੀਆਂ ਨੂੰ ਛੱਡ ਕੇ ਹੁਣ ਆਪਣਾ ਆਪ ਦੇਖ ਆਪਣਾ ਘਰ ਵਸਾ। ਜਿੱਦਾਂ ਦਾ ਜ਼ਮਾਨਾ ਆ ਰਿਹਾ ਤੈਨੂੰ ਕਿਸੇ ਨੇ ਨਹੀਂ ਪੁੱਛਣਾ। ਫਿਰ ਆਪੇ ਉਹਦਾ ਹਾਸਾ ਨਿਕਲ ਗਿਆ। ਇਹ ਚੇਤੇ ਕਰਕੇ ਵੀ ਜਦੋਂ ਮਾਂ ਦੀ ਖਨੇੜੀ ਚੜੇ ਭਰਾਵਾਂ ਨੂੰ ਦੇਖ ਕੇ ਕਹਿੰਦੀ ਹੁੰਦੀ ਸੀ ਮਾਂ ਮੈਂ ਵੀ ਮਾਂ ਬਣਨਾ ਹੈ ਮਾਂ ਮੇਰਾ ਵੀ ਦਿਲ ਕਰਦਾ ਤੇਰੀ ਤਰ੍ਹਾਂ ਮਾਂ ਬਣਨ ਨੂੰ ਉਹਨੇ ਇਹ ਕਹਿੰਦੇ ਆ ਨਵ ਜੰਮੀ ਬਾਲੜੀ ਨੂੰ ਆਪਣੀ ਛਾਤੀ ਨਾਲ ਲਾ ਲਿਆ ਮੈਂ ਛੋਟੀ ਹੁੰਦੀ ਮਾਂ ਦੀ ਮਮਤਾ ਦੇਖ ਕੇ ਕਹਿ ਦਿੰਦੀ ਸੀ ਮੈਂ ਮਾਂ ਬਣਨਾ ਹੁਣ ਵੀ ਬੇਟੀ ਦੀ ਪਹਿਲੀ ਕਲਕਾਰੀ ਨਾਲ ਮੇਰੇ ਮੂੰਹ ਮਾਂ ਮੈਂ ਮਾਂ ਬਣ ਗਈ ਨਿਕਲਿਆ ਸੀ ਫੇਰ ਉਹਦੇ ਮੋਢਿਆਂ ਉੱਤੇ ਅਮਰੀਕਾ ਤੋਂ ਉਹਦੇ ਨਾਲ ਵਿਆਹ ਕਰਾਉਣ ਆਇਆ ਐਨ ਆਰ ਆਈ ਭਾਰ ਬਣ ਕੇ ਬੈਠ ਗਿਆ ਜਿਹੜਾ ਲਾਵਾ ਤੋਂ ਬਾਅਦ ਦਸੀਂ ਦਿਨੀ ਵਾਪਸ ਜਹਾਜ਼ ਚੜ ਗਿਆ ਸੀ ਤੇ ਮਹੀਨੇ ਬਾਅਦ ਇਹ ਕਹਿ ਕੇ ਬੱਚਾ ਗਰਾਉਣ ਲਈ ਕਹਿ ਦਿੱਤਾ ਸੀ ਤੇ ਰਾਏ ਦੇ ਨਾਲ ਵੀਜ਼ਾ ਨਹੀਂ ਲੱਗਣਾ ਮੈਂ ਚੰਦਰੀ ਉਹਦੇ ਮਗਰ ਲੱਗੀ ਸੀ ਬੱਚਾ ਵੀ ਨਾ ਰਿਆ ਤੇ ਉਹ ਚੰਦਰਾ ਵੀ ਹੱਥ 'ਚੋਂ गिर ਗਿਆ ਧੰਨਵਾਦ